ਹਾਂਜੀ, ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ। ਅੱਜ ਆਪਾਂ ਕਰਾਂਗੇ ਫਾਰਮਿੰਗ ਗੇਮ ਸਟੂਡੀਓ। ਆ ਜੀ ਆਪਣਾ ਫਾਰਮ ਹਾਊਸ ਦੇਖ ਲਓ ਸਾਰੇ ਜਾਣੇ, ਪਿੱਕਾ ਖੜਾ ਆਪਣਾ। ਆ ਸੰਦ ਭਾਂਡਾ ਖੜਾ ਜੀ, ਆ ਕੰਬਾਈਨਸ ਖੜੀਆਂ ਨੇ। ਚਲੋ ਬੈਠੀਏ ਕਿਸੇ ਟਰੈਕਟਰ ਤੇ, ਇਹਦੇ ਤੇ ਬਹਿਣੇ। ਮਾਰਦਾ ਬੜਕ, ਚਲੋ ਵੀ ਚੱਲੀਏ। ਆ ਤੁਹਾਨੂੰ ਦਿਖਾ ਦਿੰਦੇ ਫਿਰ ਉੱਥੋਂ ਦਿਖਣਾ ਜੀ। ਆ ਸ਼ੈੱਡ ਪਾਇਆ ਬਈ ਸੰਦ ਭਾਂਡਾ ਖੜਾਉਣ ਨੂੰ। ਇੱਧਰ ਆਪਣਾ ਬੈੜੀ ਫਾਰਮ, ਹਾਂ ਸੂਰ ਰੱਖੇ ਹੋਏ ਨੇ ਆਪਣੇ। ਆ ਟਰੈਕਟਰ ਆਪਾਂ ਨੇ ਕਸਟਮ ਕਲਰ ਕਰਾਇਆ ਵਾ, ਆਹ ਰੰਗ 'ਚ ਆਉਂਦਾ ਨਹੀਂ, ਇਹ ਆਉਂਦਾ ਹਰੇ ਰੰਗ ਦੇ ਵਿੱਚ, ਇਹਦਾ ਅੱਡ ਹਰਾ ਰੰਗ ਆ। ਇਹਨਾਂ ਕੋਲ ਤਾਂ ਹੈਗਾ। ਹਾਂ ਇੱਧਰ ਆਪਣਾ ਕੀ ਬੀਜਿਆ ਵਾ, ਇੱਧਰ ਆਪਣੇ ਆ ਬੀਜੇ ਵੇ ਨੇ ਜੀ ਆਲੂ। ਇਹਨਾਂ ਨੂੰ ਹੋਣ ਨੂੰ ਟਾਈਮ ਲੱਗਣਾ ਹਜੇ। ਇਹ ਵੀ ਆਪਣੇ ਆਲੂ ਬੀਜੇ ਹੋਏ ਨੇ, ਵਧੀਆ ਬੀਜੇ ਹੋਏ ਨੇ ਮੁੰਡਿਆਂ ਨੇ। ਹਾਂ ਬਹਾਈ ਵੀ ਵਧੀਆ ਕਰਕੇ ਗਿਆ ਮੁੰਡਾ, ਹਫ ਛੱਡ ਗਿਆ ਉਰੇ। ਮੈਨੂੰ ਲੱਗਦਾ ਅੱਧੇ ਹਜੇ ਬੀਜੇ ਨਹੀਂ ਹੈਗੇ ਨੇ। ਹਾਂ ਰਹਿ ਗਏ ਇੱਧਰ, ਇੱਥੇ ਆਪਾਂ ਬਈਆਂ ਲਾ ਦਿੰਦੇ ਹਾਂ। ਆਪਾਂ ਔਨਲਾਈਨ ਵੀ ਖੇਡ ਸਕਦੇ ਹਾਂ, ਜੇ ਕਿਸੇ ਮੇਰੇ ਵੀਰ ਨੇ ਖੇਡਣੀ ਹੋਵੇ ਮੇਰੇ ਨਾਲ, ਮੈਨੂੰ ਦੱਸ ਸਕਦਾ, ਆਪਾਂ ਖੇਡ ਸਕਦੇ ਹਾਂ। ਯਾਰ ਟਰੈਕਟਰ ਮੈਂ ਹੋਰ ਲਾ ਕੇ ਗਿਆ ਸੀ ਯਾਰ ਕੱਲ੍ਹ, ਬਾਕੀ ਛੱਡਿਆ ਵਾ ਮੁੰਡਾ ਇੱਧਰ ਨੂੰ। ਆਈ ਬੀਜਿਆ ਵਾ ਥਾਂ, ਆ ਵੀ ਬੀਜਿਆ ਵਾ ਥਾਂ। ਆਹ ਥਾਂ ਵਾਹੁਣ ਵਾਲਾ, ਆਹ ਮੂਹਰੇ ਮੂਹਰੇ ਵਾਹੁੰਦੇ ਹਾਂ, ਪਿੱਛੇ ਉਹਨੂੰ ਬੀਜਣ ਲਾਉਂਦੇ ਹਾਂ, ਪਤਾ ਕੀ ਆਈਏ ਪਾ ਕੇ।
ਉਹੀ ਮਾਰ ਜਾਂਦੇ ਆ। ਚਲੋ ਵੀ ਫਲੋ ਮਾਰਨ ਚੱਲੀਏ। ਧਿਆਨ ਨਾ ਵੀ ਧਿਆਨ ਉਹ ਥੋੜੀ 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 ਬਾਜ ਗਿਆ ਵੀ ਕੰਮ ਹੋ ਗਿਆ ਦੀ ਕੰਮ ਅੱਜ। ਹੌਲੀ ਚੱਲ ਬਈ ਹੌਲੀ। ਆਪਾਂ ਇਹਨੂੰ ਅਨਫੋਲਡ ਕਰਾਂਗੇ। ਹਾਂ ਖੱਤਾ ਵੀ ਜੋੜ ਹੀ ਦਿੰਦੇ ਹਾਂ ਯਾਰ, ਹੈ ਨਾ, ਅੱਡ ਅੱਡ ਕਾਹਤੋਂ ਰੱਖੇ ਪਏ ਨੇ। ਆਪਾਂ ਇਹਨੂੰ ਜੋੜਿਆ ਦਈਏ। ਛੋਟੇ ਛੋਟੇ ਟੱਕ ਸਾਹਮਣੇ ਔਖੇ ਹੋ ਜਾਂਦੇ ਨੇ। ਇੱਥੇ ਆਪਾਂ ਇਹਨੂੰ ਅਲਾਓ ਕਰ ਦਾਂਗੇ ਵੀ ਫੀਲਡ ਕ੍ਰੀਏਟ ਕਰ ਸਕੇ ਇਹ। ਹਾਂ ਹੁਣ ਆਪਾਂ ਇੱਥੇ ਇਹਨੂੰ ਜੁਆਇਨ ਕਰ ਦਾਂਗੇ। ਹੁਣ ਆਪਾਂ ਇਹਨੂੰ ਲਿਮਿਟ ਕਰ ਦਾਂਗੇ, ਹੁਣ ਨਹੀਂ ਇਹ ਫੀਲਡ ਕ੍ਰੀਏਟ। ਵੱਢ ਲਈ ਹੜਕ ਕੋਲੋਂ ਜ਼ਮੀਨ ਆ ਧੱਕਾ ਹੀ ਆ। ਇੱਧਰ ਨੂੰ ਬਾਈਏ ਲੰਬੇ ਲੋਟ ਕੇ ਇੱਧਰ ਨੂੰ ਬਾਈਏ। ਲੰਬੇ ਲੋਟੇ ਬਾਅਦ ਆ ਕੀ ਹੋ ਗਿਆ, ਮੈਨੂੰ ਲੱਗਦਾ ਵਰਕਰ ਹਾਇਰ ਹੋ ਗਿਆ ਸੀ। ਚਲੋ ਵੀ ਝੋਟਾ ਝੋਟਾ ਟਰੈਕਟਰ ਯਾਰ ਲੋਟ ਨਹੀਂ ਆਉਣਾ ਕੰਮ ਪਿੱਛੇ, ਆਪਾਂ ਦੂਜਾ ਬੰਦਾ ਵੀ ਰੱਖਣਾ ਆਪਣਾ, ਛੋਟੇ ਦੋਟੇ ਵਾਹ ਲੈਂਦੇ ਹਾਂ। ਉਧਰੋਂ ਸਟਾਰਟ ਕਰ ਲੈਂਦੇ ਹਾਂ। ਪੁੰਜੇ ਕੱਢ ਦਈਏ ਪਹਿਲਾਂ।
ਗੇਮ ਤਾਂ ਪੂਰੀ ਇਹਨਾਂ ਨੇ ਰੀਅਲਿਸਟਿਕ ਬਣਾਈ ਵੀ ਆ। ਹਲੋੜੇ ਹਲੂੜੇ ਸਾਰਾ ਬੰਪ ਗੁੱਡੀਆਂ ਵੀ ਐਣ ਸਾਰਾ ਕੁਝ ਚਾਹੀਦਾ। ਕੈਮਰੇ ਐਂਗਲ ਵੀ ਘੈਂਟ ਨੇ। ਇਵਨ ਆ ਮਿੱਟੀ ਵੀ ਪੱਟੀ ਵੀ ਦਿਖ ਰਹੀ ਆ ਦੇਖੋ। ਹਾਂ ਬਾਕੀ ਆਪਾਂ ਹੋਰ ਗੇਮਾਂ ਵੀ ਖੇਡਦੇ ਹਾਂ, ਹੌਲੀ ਹੌਲੀ ਸਾਰੀਆਂ ਗੇਮਾਂ ਦੀ ਸਟ੍ਰੀਮਿੰਗ ਕਰਾਂਗੇ। ਅਜੇ ਤਾਂ ਬਸ ਸ਼ੁਰੂਆਤ ਹੀ ਆ। ਪਰੇ ਕਰਤੀ ਹੈ ਇਹਨੂੰ ਉੱਤਰੇ ਲਾਇਆ ਮੈਂ। ਹੁਣ ਆਹ ਹੜਾਈ ਵਿਗੜ ਲਈ, ਅਗਲੀ ਹੜਾਈ ਤੇ ਉਹਨੂੰ ਲਾਉਂਦੇ ਆ ਬੀਜਣ, ਸੂਰਜਮੁਖੀ ਬੀਜਣੀ ਆਪਾਂ ਇਹ। ਬਾਕੀ ਜਿੰਨੇ ਵੀ ਆਪਣੇ ਫਾਰਮਿੰਗ ਸਿਮੂਲੇਟਰ ਦੇ ਲਵਰ ਨੇ ਬੰਦੇ ਉਹ ਐਪਰੀਸ਼ੀਏਟ ਕਰਨਗੇ ਇਹ ਚੀਜ਼ ਨੂੰ ਕਿੰਨੀ ਰੀਅਲਿਸਟਿਕ ਆ। ਬਾਕੀ ਉਹ ਮੋਡ ਵੀ ਮਿਲ ਜਾਂਦੇ ਨੇ ਜਿਵੇਂ 11 ਦੇ, ਨਿਊ ਹੋਲੈਂਡ ਦੇ, ਸਾਰੀਆਂ ਚੀਜ਼ਾਂ ਦੇ, ਉਹ ਆਪਾਂ ਹੌਲੀ ਹੌਲੀ ਇੰਟਰੋਡਿਊਸ ਕਰਾਂਗੇ। ਉਹ ਮੈਂ ਕੋਈ ਲੱਭਦਾ ਤਰੀਕਾ ਕਿਤੋਂ ਮਿਲ ਜਾਣ, ਜੇ ਕਿਸੇ ਮੇਰੇ ਵੀਰ ਨੂੰ ਪਤਾ ਹੋਵੇ ਵੀ ਉਹ ਕੋਈ ਜਾਂ ਬੰਦਾ ਵੇਚਦਾ ਬਣਾ ਕੇ ਤਾਂ ਮੈਨੂੰ ਜ਼ਰੂਰ ਦੱਸੇ, ਆਪਾਂ ਉਹ ਵੀ ਇੰਟਰੋਡਿਊਸ ਕਰਾਂਗੇ। ਇੱਕ ਮੈਂ ਲਿਆ ਸੀਗਾ 11 ਦਾ ਮੋਡ ਪਰ ਉਹ ਚੱਲਿਆ ਨਹੀਂ, ਗੇਮ ਹੀ ਕਰੈਸ਼ ਕਰਤੀ ਉਹਨੇ। ਬਾਕੀ ਤੁਸੀਂ ਦੇਖ ਸਕਦੇ ਹੋ ਗੇਮ ਦੀ ਰਿਐਲਿਟੀ ਕਿੰਨੀ ਜ਼ਿਆਦਾ ਉਹਨਾਂ ਨੇ ਬਰੀਕੀਆਂ ਦੇ ਵਿੱਚ ਕੰਮ ਕੀਤਾ ਵਾ।
ਹੁਣ ਬਸ ਆ ਕਰਕੇ ਆਪਾਂ ਹੜਾਈ ਵਗੜ ਲਈ, ਹੁਣ ਆਪਾਂ ਉਹਨੂੰ ਲਾਉਂਦੇ ਹਾਂ ਬੀਜਣ ਆਪਣੇ ਵੀਰ ਨੂੰ। ਵੀ ਚੱਲ ਬਾਈ ਮੂਰੇ ਮੂਰੇ ਗੇੜਾ ਨਹੀਂ ਪੈਣ ਦੇਣਾ ਉਹ ਆਪਾਂ ਨੇ। ਖਿੱਚਦੇ ਖਿੱਚਦੇ ਕੰਮ ਇਹ ਆਪਣਾ ਝੋਟਾ ਟਰੈਕਟਰ, ਇਹ ਹੈਗਾ 1100 ਹਾਰਸ ਪਾਵਰ ਦਾ, ਇਹ ਨਹੀਂ ਮੰਨਦਾ ਪਰਵਾਹ ਮਾੜੀ ਮੋਟੀ ਚੀਜ਼ ਦੀ। ਆਪਣੇ ਕੋਲ ਸਟੀਅਰਿੰਗ ਵੀ ਹੈਗਾ ਸਿਮੂਲੇਸ਼ਨ ਵਾਲਾ, ਪਰ ਹਜੇ ਮੈਂ ਲਾਇਆ ਨਹੀਂ, ਬਸ ਉਹਨੂੰ ਕਦੇ ਹਫ਼ਤੇ ਦੇ ਵਿੱਚ ਸੈਟਅਪ ਕਰਦਾ ਸਾਰਾ, ਐਵੇਂ ਹੀ ਲੈ ਕੇ ਰੱਖਿਆ ਵਾ, ਯੂਜ਼ ਕੀਤਾ ਨਹੀਂ। ਇਹ ਹੁਣ ਆਪਾਂ ਸੂਰਜਮੁਖੀ ਬੀਜ ਰਹੇ ਹਾਂ ਸਾਰੇ, ਉਹਦੇ ਵਿੱਚ ਸੂਰਜਮੁਖੀ ਅਤੇ ਆਲੂ, ਅਤੇ ਆਪਾਂ ਬਸ ਆ ਹੁਣ 2 ਕੁ ਗੇੜੇ ਦੇ ਕੇ ਹੋਰ ਉਹਦੇ ਬੰਦਾ ਹਾਇਰ ਕਰ ਦਿੰਦੇ ਹਾਂ, ਆਪੇ ਵਾਹੀ ਜਾਊਗਾ ਅਤੇ ਆਪਾਂ ਫਿਰ ਹੌਲੀ ਹੌਲੀ ਉੱਧਰ ਆਲੂਆਂ ਕਿੰਨੀ ਧਿਆਨ ਦਈਏ, ਆਲੂ ਵੀ ਬੀਜਣੇ ਨੇ ਉੱਧਰ ਨਾ ਬੰਦੇ ਖੜ ਜਾਣ। ਮੈਂ ਤਾਂ ਬਸ ਮੂਹਰੇ ਫਟਾਫਟ ਮਹਾਂ ਵੀ ਉਹਦੇ ਚੱਲੀ ਜਾਣ ਦੋਨੇ ਟਰੈਕਟਰ। ਚੱਲ ਵੀ ਚੱਲ ਓਏ ਆ ਉੱਚੀਆਂ ਨੇ ਉਰੇ ਧਿਆਨ ਨਾਲ, ਆਪਾਂ ਇੱਥੇ ਪੀਰੀ ਨੂੰ ਹਾਇਰ ਕਰ ਦਿੰਦੇ ਹਾਂ, ਆਪੇ ਮੂਹਰੇ ਮੂਹਰੇ ਉਹਦੇ ਕਰੀ ਜਾਊਗਾ। ਓਏ ਕਿੱਧਰ ਨੂੰ ਚੱਲਿਆ, ਸਹੀ ਹੈ ਆਪਾਂ ਚੱਲੀਏ। ਵਾਹ ਜੀ ਵਾਹ, ਬੀਜ ਤਿਆਰ ਲਓ ਜੱਟ ਨੇ,
ਇੱਧਰ ਆ ਜਾ ਵੀ ਇੱਧਰ ਥੋੜਾ ਮੈਂ ਐਸੀ ਲਿਆ ਵਾ ਆਲੂ ਬਟਣ ਨੂੰ ਛੋਟਾ ਜਿਹਾ ਵਿਚਾਰਾ ਤਾਪਦਾ ਨਹੀਂ ਉਹ ਛੋਟਾ ਵਧੀਆ ਤਿਆਰ ਹੋਈ ਵਿੱਚ ਜ਼ਮੀਨ ਚੱਲ 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 ਤੂੰ ਆਉਣ ਵਾਲਾ ਹੋਇਆ ਯਾਰ ਟੈਕ ਉਹ ਸਾਲਾ ਸਟਾਪ ਸਾਈਨ ਤੋੜਤਾ ਓਏ ਕਿਆ ਦੇਖ ਲਈ ਚੈੱਕ ਕਰ ਲਈਏ ਭਾਈ ਮੁੰਡਾ ਸਹੀ ਵੀਰ ਦਾ ਕਿ ਨਾ ਵੱਟ ਕੱਢੇ ਪਏ ਨੇ ਮੁੰਡੇ ਦਾ ਆਜੂ ਹੁਣ ਉੱਧਰ ਸੂਰਜਮੁਖੀ ਜੀ ਆਪਾਂ ਤੁਹਾਨੂੰ ਨੈਕਸਟ ਗੇਮ 'ਚ ਦਿਖਾਵਾਂਗੇ ਕਿ ਆਲੂ ਦੇ ਸੂਰਜਮੁਖੀ ਦੀ ਬੜਾਈ ਅਤੇ ਨਾਲੇ ਪਸ਼ੂ ਪਾਲਣ ਵੀ ਦੱਸਾਂਗੇ ਅਤੇ ਅੱਜ ਲਈ ਇੰਨਾ ਹੀ ਫਿਰ ਮਿਲਦੇ ਹਾਂ।